ਗੱਲਾਂ ਜਾਣਦੇ ਹਾਂ, ਤੱਤੀ ਤਵੀ 'ਤੇ ਬੈਠ ਕੇ ਗੀਤ ਗਾਈਏ, ਅਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ। ਸੀਸ ਗੰਜ 'ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂੰਝਣਾ ਦੱਸਦੇ ਨੇ, ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਨੂੰ, ਵਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ। ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ, ਮਾਵਾਂ ਟੱਕਰੇ ਝੋਲੀ ਪਾਉਂਦੀਆਂ ਨੇ, ਉੱਚਾ ਸੁੱਟ ਕੇ ਬੋਚਦੇ ਨੇਜੀਆਂ 'ਤੇ, ਮਾਵਾਂ ਭੋਰਾ ਫੇਰ ਵੀ ਨਾ ਘਬਰਾਉਂਦੀਆਂ ਨੇ। ਅਸੀਂ ਭਾਜੀਆਂ ਮੋੜਨਾ ਜਾਣਦੇ ਹਾਂ, ਜਾ ਕੇ ਪੁੱਛ ਲਓ ਮੁਗਲ ਦਰਬਾਰ ਕੋਲੋਂ, ਜੇਕਰ ਫੇਰ ਵੀ ਕਿਸੇ ਨੂੰ ਸ਼ੱਕ ਹੋਵੇ ਪੁੱਛ ਵੇਖਿਓ ਅਡਵਾਇਰ ਪਰਿਵਾਰ ਕੋਲੋਂ। ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ, ਕੋਇਲ ਆਣ ਕੇ ਉਸ ਥਾਂ 'ਤੇ ਚਹਿਕਦੀ ਹੈ ਜਿੱਥੇ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ, ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ। ਸਾਡੀ ਪਿੱਠ 'ਤੇ ਖੜ੍ਹਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ, ਅਸੀਂ ਜਾਣਦੇ ਕਿੰਝ ਕੁਰਬਾਨ ਹੋਣਾ, ਸੋਹਣੇ ਕੌਮ ਦੇਸ਼ ਦੀ ਇੱਕ ਵੀ ਮੰਗ ਉੱਤੇ। ਦੋਸਤੋ, ਸਿੱਖ ਲੈਂਸ ਦਾ ਇਹ ਫੈਸਟੀਵਲ ਸਫਲਤਾਪੂਰਵਕ ਆਪਣੇ ਅੰਤਿਮ ਪੜਾਅ ਵੱਲ ਵੱਧ ਰਿਹਾ ਹੈ। ਸੰਗਤ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ 4 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ। ਉਹਨਾਂ ਹੀ 15 ਭਗਤਾਂ ਦੇ ਵਿੱਚੋਂ ਅੱਜ ਸ਼੍ਰੋਮਣੀ ਭਗਤ ਰਵਿਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ। ਆਪ ਸਭ ਨੂੰ ਭਗਤ ਰਵਿਦਾਸ ਸਾਹਿਬ ਜੀ ਦੇ 647ਵੇਂ ਜਨਮ ਦਿਨ ਦੀਆਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਸਿੱਖ ਲੈਂਸ ਦੇ ਇਸ ਫੈਸਟੀਵਲ ਦੀ ਅਗਲੀ ਪੇਸ਼ਕਾਰੀ ਹੈ ਜ਼ਫਰਨਾਮਾ। ਜ਼ਫਰਨਾਮਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਕਾਂਗੜ ਦੀ ਧਰਤੀ ਉੱਤੇ ਹਿੰਦੁਸਤਾਨ ਦੇ ਜ਼ਾਲਮ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਫਾਰਸੀ ਭਾਸ਼ਾ ਵਿੱਚ ਲਿਖਿਆ ਸੀ। ਗੁਰੂ ਸਾਹਿਬ ਜਿੰਨੇ ਤੀਰ ਅਤੇ ਤਲਵਾਰ ਦੇ ਧਨੀ ਸਨ, ਉਨੇ ਹੀ ਉਹ ਕਲਮ ਦੇ ਵੀ ਧਨੀ ਸਨ। ਭਾਸ਼ਾ 10ਵੀਂ ਦੀ ਉਪਮਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ, ਸ਼ਬਦ ਘੱਟ ਪੈ ਜਾਂਦੇ ਹਨ। ਇਸ ਕਰਕੇ ਹਕੀਮ ਅੱਲਾ ਯਾਰ ਖਾਂ ਜੋਗੀ ਨੇ ਵੀ ਆਖਿਆ ਹੈ, ਕਰਤਾਰ ਕੀ ਸੌਗੰਧ ਹੈ, ਗੁਰੂ ਨਾਨਕ ਸਾਹਿਬ ਕੀ ਕਸਮ ਹੈ, ਉਹ ਜਿਤਨੀ ਵੀ ਤਾਰੀਫ ਗੁਰੂ ਗੋਬਿੰਦ ਸਿੰਘ ਕੀ ਵੋ ਕਮ ਹੈ। ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਰੀਲਸ ਬਣਾਉਣ ਉੱਤੇ, ਇੰਸਟਾ ਉੱਤੇ ਵੀਡੀਓ ਅਪਲੋਡ ਕਰਨ ਉੱਤੇ ਵਿਅਸਤ ਰਹਿੰਦੀ ਹੈ, ਪਰ ਮੈਂ ਕੁਰਬਾਨ ਜਾਂਦਾ ਹਾਂ ਉਹਨਾਂ ਨੌਜਵਾਨਾਂ ਤੋਂ ਜੋ ਆਪਣੇ ਸਿੱਖ ਇਤਿਹਾਸ, ਆਪਣੇ ਸੱਭਿਆਚਾਰ ਅਤੇ ਗੁਰਬਾਣੀ ਨਾਲ ਜੁੜੇ ਹੋਏ ਨੇ। ਮੈਂ ਆਪਣੇ ਮਨ 'ਤੇ ਸੱਦਾ ਦੇਣ ਜਾ ਰਿਹਾ, ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ, ਗੁਰਬਾਣੀ ਨਾਲ ਪ੍ਰੀਤ ਪਾਉਣ ਵਾਲੀਆਂ ਅਤੇ ਜ਼ਫਰਨਾਮਾ ਸੁਣਾਉਣ ਵਾਲੀਆਂ 3 ਭੈਣਾਂ, ਹਰਗੁਣ ਕੌਰ, ਸਹਿਜ ਕੌਰ, ਖੁਸ਼ਪ੍ਰੀਤ ਕੌਰ ਨੂੰ। ਦੋਸਤੋ, ਇਹਨਾਂ ਦੀ ਹੱਲਾਸ਼ੇਰੀ ਵਾਸਤੇ, ਇਹਨਾਂ ਦੀ ਹੌਸਲਾ ਅਫਜਾਈ ਵਾਸਤੇ ਤੁਸੀਂ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ। ਕਲਮ ਰੱਬੀ ਨਗਮੇ ਉਗਲਦੀ ਏ, ਪਰ ਤੀਰ ਕਮਾਨ ਬੰਦੂਕ
ਲਿਖੇ ਭਾਈ ਦੇਸਾ ਜੀ ਦੇ ਚਬਾਰੇ ਚ ਬਹਿ ਕੇ ਫਾਰਸੀ ਚ ਲਿਖੀ ਤੇ ਭਾਈ ਦਇਆ ਸਿੰਘ ਜੀ ਦੇ ਹੱਥੀ ਭਜਵਾਈ। ਔਰੰਗਜ਼ੇਬ ਨੇ ਜ਼ਫ਼ਰਨਾਮਾ ਤੇ ਪੜ੍ਹ ਲਿਆ ਪਰ ਉਹ ਮੰਜੇ ਤੋਂ ਉੱਠ ਨਹੀਂ ਸੀ ਸਕਿਆ। ਉਹ ਚਿੱਠੀ ਦੇ ਥੱਲੇ ਲਿਖਿਆ ਸੀ ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਕੇ ਕਹਿੰਦਾ ਮੈਂ ਖਤਮ ਕਰਦੇ ਹੁਣੇ ਤਾਂ ਮੇਰਾ ਕੁੰਡਲੀ।
ਸਾਡੇ ਰੂਬਰੂ ਕੀਤਾ ਹੈ, ਸਾਨੂੰ ਸੁਣਿਆ ਹੈ। ਬਿਗ ਰਾਊਂਡ ਆਫ ਅਪਲੌਜ਼ ਫੋਰ ਦੇਮ।